ਪੰਜਾਬ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਬੁਲਾਰਾ ਅਤੇ ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਿਟਡ ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨੀਅਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਰਾਘਵ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਉਹ ਇਸ ਨੂੰ ਪੂਰੀ ਲਗਨ ਨਾਲ ਪੂਰਾ ਕਰਨਗੇ। ਇਸ ਮੌਕੇ ਥਿਆੜਾ ਨੂੰ ਵਧਾਈ ਦੇਣ ਵਿਧਾਇਕ ਰਮਨ ਅਰੋੜਾ, ਵਿਧਾਇਕ ਸ਼ੀਤਲ ਅੰਗੂਰਾਲ, ਵਿਧਾਇਕ ਬਲਕਾਰ ਸਿੰਘ, ਦਿਨੇਸ਼ ਢੱਲਾ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪੁੱਜੇ। ਜਲੰਧਰ ਤੋਂ ਅੱਜ ਦੀ ਆਵਾਜ਼ ਲਈ ਦਲਵੀਰ ਸਿੰਘ ਕਲੋਈਆ ਦੀ ਰਿਪੋਰਟ। ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ, ਰਾਜ ਸਭਾ ਮੈਂਬਰ ਸੰਦੀਪ ਪਾਠਕ ਜੀ ਦਾ, ਰਾਜ ਸਭਾ ਮੈਂਬਰ ਰਾਘਵ ਚੱਢਾ ਜੀ ਦਾ ਤੇ ਸਾਡੇ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਜੀ ਦਾ, ਜਿਨ੍ਹਾਂ ਨੇ ਇੱਕ ਆਮ ਘਰਾਂ ਦੇ ਆਮ ਘਰ ਦੇ ਲੋਕ ਆ ਜਿਹੜੇ ਸਾਡੇ MLA ਆ, ਜਿਹੜੇ ਆਮ ਘਰਾਂ ਦੇ ਲੋਕਾਂ ਨੂੰ ਲਿਆ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਤੀਆਂ, ਜਿਹਨਾਂ ਨੂੰ ਪਤਾ ਨਹੀਂ ਕਿ ਚੇਅਰਮੈਨੀ ਪਲੈਨਿੰਗ ਬੋਰਡ ਕੀ ਆ, ਇੰਪਰੂਵਮੈਂਟ ਟਰੱਸਟ ਕੀ ਆ, ਉਹਨਾਂ ਨੂੰ ਲਿਆ ਕੇ ਆਮ ਘਰਾਂ ਦੇ ਬੱਚਿਆਂ ਨੂੰ, ਕਿਉਂਕਿ ਪਤਾ ਜ਼ਰੂਰੀ ਨਹੀਂ ਹੁੰਦਾ। ਜਦੋਂ ਅਸੀਂ ਸਕੂਲ ਪੜ੍ਹਨ ਜਾਈਦਾ ਤੇ ਸਾਨੂੰ ਜਾਂਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਇੱਥੇ ਕੀ ਪੜ੍ਹਨਾ, ਤੇ ਆਮ ਜਿਹੜੇ ਘਰਾਂ ਦੇ ਜਿਹੜੇ ਨੌਜਵਾਨ ਆ, ਇਹ ਆਮ ਆਦਮੀ ਪਾਰਟੀ ਕਰ ਸਕਦੀ ਸੀ, ਲਿਆ ਕੇ ਐਡੀਆਂ ਵੱਡੀਆਂ ਕੁਰਸੀਆਂ ਤੇ ਬਿਠਾ ਦਿੱਤੇ। ਇਹ ਤੋਂ ਵੱਡੀ ਹੋਰ ਕੋਈ ਹੋ ਹੀ ਨਹੀਂ ਸਕਦੀ ਮਿਸਾਲ। ਤੁਸੀਂ ਇਹ ਕਦੀ ਨਹੀਂ ਸੋਚਣਾ ਜੇ ਅੱਜ ਵਾਰੀ ਅੰਮ੍ਰਿਤਪਾਲ ਦੀ ਆ, ਅੱਜ ਵਾਰੀ ਰਾਜਵਿੰਦਰ ਦੀ ਆ, ਤੇ ਕੱਲ ਨੂੰ ਉਹ ਵਾਰੀ ਤੁਹਾਡੀ ਹੋ ਸਕਦੀ ਹੈ। ਬਸ ਪਾਰਟੀ ਦੇ ਵਿੱਚ ਜਿਹੜੀ ਮਿਹਨਤ ਕਰਦੇ ਰਹੋ, ਡਟ ਕੇ ਮਿਹਨਤ ਕਰੋਗੇ ਤੇ ਉਹਦਾ ਫਲ ਜਿਹੜਾ ਆ ਉਹ ਤੁਹਾਨੂੰ ਮਿਲੂਗਾ। ਉੱਥੇ ਤੁਹਾਨੂੰ ਕੋਈ ਸਿਫਾਰਿਸ਼ ਦੀ ਲੋੜ ਨਹੀਂ, ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸਿਫਾਰਿਸ਼ ਨਹੀਂ ਚੱਲਦੀ, ਕੋਈ ਪੈਸਾ ਨਹੀਂ ਚੱਲਦਾ। ਉੱਥੇ ਜਿਹੜਾ ਕੰਮ ਕਰਦਾ ਵਰਕਰ ਉਹਨੂੰ ਘਰੋਂ ਚੱਕ ਲਿਆਉਂਦੇ ਆ, ਘਰੋਂ ਚੱਕ ਕੇ ਲਿਆਉਂਦੇ। ਸੰਦੀਪ ਪਾਠਕ ਜੀ, ਮੈਂ ਆਪਣੀ ਤੁਹਾਨੂੰ ਦੱਸਦੀ ਹਾਂ, ਅੱਜ ਤੁਸੀਂ ਸਾਰੇ ਹੀ ਇਕੱਠੇ ਆ, ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦੀ ਹਾਂ ਕਿ ਜਦੋਂ ਸੰਦੀਪ ਪਾਠਕ ਜੀ ਪੰਜਾਬ ਦੇ ਵਿੱਚ ਆਏ, ਜਦੋਂ ਉਹਨਾਂ ਨੇ ਜਲੰਧਰ ਦੇ ਵਿੱਚ ਸਾਰਿਆਂ ਨੂੰ ਪੁੱਛਿਆ ਕਿ ਜਲੰਧਰ 'ਚ ਕਿਹੜੇ ਕਿਹੜੇ ਕੰਮ ਕਰਦੇ, ਉਹਦੇ ਵਿੱਚ ਮੇਰਾ ਵੀ ਨਾਮ ਆਇਆ। ਮੈਂ ਮਾਣ ਨਹੀਂ ਕਰਦੀ, ਕੰਮ ਤਾਂ ਮੈਂ ਪਾਰਟੀ ਦਾ ਕਰਦੀ ਰਹੀ, ਮੈਂ ਤੇਰਾ ਪਾਰਟੀ ਜੁਆਇਨ ਕਰ ਲਈ ਸੀ। ਮੇਰੀ ਜਿਹੜੀ ਡਿਊਟੀ ਆ, ਜ਼ਿਲ੍ਹੇ ਜਲੰਧਰ ਦੀ ਪ੍ਰਧਾਨ ਦੀ ਲਾਤੀ ਜਿੱਥੇ ਅੱਜ ਅੰਮ੍ਰਿਤਪਾਲ ਆ, ਉਹਨਾਂ ਨੇ ਸਿਰਫ ਮੇਰਾ ਕੰਮ ਦੇਖਿਆ, ਮੇਰੀ ਫੇਸਬੁੱਕ ਚੈੱਕ ਕੀਤੀ, ਮੇਰਾ ਕੰਮ ਦੇਖਿਆ ਕਿ ਕੰਮ ਕੀਤਾ ਇਹਨੇ, ਤੇ ਜਿਵੇਂ ਜਿਵੇਂ ਉਹਨਾਂ ਨੇ ਮੇਰੀ ਡਿਊਟੀ ਲਾਈ, ਜਿੱਥੇ ਜਿੱਥੇ ਡਿਊਟੀ ਲਾਈ, ਮੈਂ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾਈ। ਤੇ ਸਰ ਦਾ ਮੈਨੂੰ ਫੋਨ ਆਉਂਦਾ, ਕਹਿੰਦੇ ਕਿ ਹੁਣ ਮੈਂ ਤੈਨੂੰ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਦੇਣੀ। ਮੈਂ ਕਿਹਾ ਸਰ ਨਹੀਂ, ਮੇਰੇ ਵਰਕਰ ਨਹੀਂ ਸੀ ਮੰਨਦੇ, ਪਾਰਟੀ ਵਰਕਰ ਬੈਠੇ ਹੋਣਗੇ ਵਿੱਚ ਜਿਹੜੇ ਕਹਿੰਦੇ ਸੀ ਨਹੀਂ ਅਸੀਂ ਨਹੀਂ ਜਾਣ ਦੇਣਾ, ਤੁਸੀਂ ਜਲੰਧਰ ਹੀ ਰਹਿਣਾ। ਤੇ ਮੈਂ ਪਾਰਟੀ ਜਿੱਥੇ ਮੇਰੀ ਡਿਊਟੀ ਲਾਵੇ ਮੈਂ ਸਿਰ ਮੱਥੇ ਹਾਜ਼ਰ ਕਰਦੀ। ਮੈਂ ਕਿਹਾ ਸਰ ਜਿੱਥੇ ਤੁਸੀਂ ਕਹੋਗੇ ਮੈਂ ਡਿਊਟੀ ਲਾ ਦਿਓ ਮੇਰੀ। ਤੇ ਮੇਰੀ ਡਿਊਟੀ ਲਾਈ, ਜਦੋਂ ਪੰਜਾਬ ਦੇ ਵਿੱਚ ਮਹਿਲਾ ਵਿੰਗ ਦੀ ਤੇ ਪੰਜਾਬ ਦੀ ਮਹਿਲਾ ਦੇ ਵਿੰਗ, ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੀ ਹੋਇਆ ਨਹੀਂ ਕਿ ਪੰਜਾਬ ਦੇ ਉਹਨਾਂ ਦੀਆਂ ਵਿੱਚ ਮਹਿਲਾ ਵਿੰਗ ਕਿਤੇ ਵਧੀਆ ਐਕਟਿਵ ਹੋਵੇ। ਆਮ ਆਦਮੀ ਪਾਰਟੀ ਦੇ ਵਿੱਚ 50% ਮੇਰੀਆਂ ਆਹ ਭੈਣਾਂ ਦਾ ਯੋਗਦਾਨ ਰਿਹਾ, ਆਹ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸੰਗਠਨ, ਇਹਨਾਂ ਨੇ ਜਿਹੜਾ ਕੰਮ ਕੀਤਾ ਮਹਿਲਾ ਵਿੰਗ ਦੇ ਵਿੱਚ ਆ ਕੇ ਘਰ ਘਰ ਦੇ ਵਿੱਚ ਕੁੰਡੇ ਖੜਕਾਏ, ਇਹਨਾਂ ਭੈਣਾਂ ਅੱਗੇ ਵੀ ਸੀਸ ਝੁਕਦਾ ਕਿ ਇਹ ਭੈਣਾਂ ਰਾਤ ਨੂੰ ਵੀ ਨਹੀਂ ਪੈਂਦੀਆਂ ਸੀ, ਕਹਿੰਦੀਆਂ ਸੀ ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ ਜੀ, ਅੱਜ ਉਹ ਕਹਿੰਦੇ ਆ, ਕਹਿੰਦੇ ਪੰਜਾਬ 'ਚ ਸਰਕਾਰ ਬਣੀ ਆ ਜਿਹਦੇ ਵਿੱਚ ਵੱਧ ਯੋਗਦਾਨ ਜਿਹੜਾ ਉਹ ਮਹਿਲਾਵਾਂ ਦਾ ਰਿਹਾ, ਉਹ ਆ ਮੇਰੀਆਂ ਭੈਣਾਂ ਬੇਟੀਆਂ। ਮੈਂ ਸਾਰਿਆਂ ਅੱਗੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਜੇ ਕਿਤੇ ਵੀ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਆ, ਤੁਹਾਨੂੰ ਕਿਸੇ ਵਰਕਰ ਨੂੰ ਮੇਰੇ ਕੋਲੋਂ ਕੋਈ ਠੇਸ ਪਹੁੰਚੀ, ਕਿਤੇ ਤੁਹਾਨੂੰ ਲੱਗਿਆ ਕਿ ਮੈਂ ਤੁਹਾਨੂੰ ਇਗਨੋਰ ਕੀਤਾ, ਤਾਂ ਮੈਂ ਆਪਣੇ ਵੱਲੋਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ ਕਿ ਮੈਂ ਕਦੀ ਵਰਕਰ ਨੂੰ ਇਗਨੋਰ ਨਹੀਂ ਕਰਦੀ, ਕਿਤੇ ਗਲਤੀ ਨਾਲ ਹੋ ਗਿਆ ਹੋਊਗਾ। ਤੁਸੀਂ ਇੱਦਾਂ ਹੀ ਮੇਰੇ ਨਾਲ ਜਿੱਦਾਂ ਅੱਜ ਇਕੱਠੇ ਹੋਏ ਆ, ਅੱਜ ਤੁਸੀਂ ਅੱਜ ਮੇਰੀ ਖੁਸ਼ੀ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਆ, ਇੱਦਾਂ ਹੀ ਤੁਸੀਂ ਇਕੱਠੇ ਰਹਿਣਾ। ਅਸੀਂ ਸਾਰੀ ਟੀਮ ਨੇ ਜਲੰਧਰ ਦੀ ਨੇ ਇਕੱਠੇ ਹੋ ਕੇ ਕੰਮ ਕਰਨਾ, ਕਦੀ ਵੀ ਆਪਣੇ ਆਪ ਨੂੰ ਮਾਯੂਸ ਨਹੀਂ ਸਮਝਣਾ ਕਿ ਅਸੀਂ
ਕਿੱਥੇ ਜਾਈਏ ਅਸੀਂ ਕਹਿੰਦੇ ਹੁਣ ਤਾਂ ਤੁਹਾਡੀ ਸਰਕਾਰ ਆ ਤੁਸੀਂ ਸਰਕਾਰ ਦੇ ਵਿੱਚ ਹੋ ਤੁਸੀਂ ਜਿਹੜੇ ਵੀ ਤੁਹਾਡੇ ਕੋਈ ਕੰਮ ਆ ਜੈਨੂਇਨ ਕੰਮ ਜਿਹੜੇ ਤੁਹਾਡੇ ਉਹ ਕਦੀ ਵੀ ਤੁਹਾਡੇ ਰੁਕਣਗੇ ਨਹੀਂ ਉਹ ਅਸੀਂ ਸਾਰੇ ਕਰਾਵਾਂਗੇ ਮੇਰੇ ਵੀਰ ਖੜੇ ਆ ਇਹ ਕਰਵਾਉਣਗੇ ਜਿੱਥੇ ਸਾਡੀ ਲੋੜ ਪਊਗੀ ਜਿੱਥੇ ਸੰਗਠਨ ਦੀ ਲੋੜ ਪਊਗੀ ਉੱਥੇ ਇਹ ਸੰਗਠਨ ਖੜਾ ਆ ਅਸੀਂ ਸਾਰੇ ਜਿਹੜੇ ਆ ਉਹ ਤੁਹਾਡੇ ਕੰਮਾਂ ਲਈ ਹਾਜ਼ਰ ਆ ਕਿਉਂਕਿ ਅਸੀਂ ਅੱਜ ਮੇਰੇ ਵੀਰ ਖੜੇ ਆ ਮੈਨੂੰ ਕੋਈ ਕਹਿਣ ਨੂੰ ਇਹ ਗੱਲ ਨਹੀਂ ਬਣਦੀ ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਕਹਿੰਦੇ ਆ ਉਹ ਕਹਿੰਦੇ ਅਸੀਂ ਤੁਹਾਡੇ ਨੌਕਰ ਆ ਬੱਬਰ ਸ਼ੇਰਨੀ ਜਿਹਨੂੰ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਜਿਹਨੇ ਸਾਡੇ ਵਰਗੇ ਨਮਾਣੇ ਦੇ ਭਰਾਵਾਂ ਨੂੰ ਬੱਚਿਆਂ ਨੂੰ ਅੱਜ MLA ਕੁਰਸੀ ਤੇ ਬਿਠਾਇਆ ਇਹ ਸਾਰੀ ਦਿਨ ਰਾਜਵਿੰਦਰ ਕੌਰ ਚਿਹਰਾ ਦੀ ਹੈ ਇਹ ਅੱਜ ਵੀ ਕਵਾਂਗੇ ਕੱਲ ਵੀ ਕਵਾਂਗੇ ਜਿਸ ਵੀ ਮੰਚ ਤੇ ਬੋਲਣ ਦਾ ਮੌਕਾ ਮਿਲਿਆ ਉਸ ਮੰਚ ਤੇ ਗੱਲ ਕਹਿਣ ਦੀ ਸਾਨੂੰ ਕਿਸੇ ਚੀਜ਼ ਦਾ ਵੀ ਕੋਈ ਪਰਹੇਜ਼ ਨਹੀਂ ਹੈ ਕਿਉਂਕਿ ਜੇ ਕਿਸੇ ਨੇ ਕਿਸੇ ਲਈ ਕੋਈ ਕੀਤਾ ਹੋਵੇ ਜੇ ਉਹ ਇਨਸਾਨ ਇੱਥੇ ਨੂੰ ਭੁੱਲ ਜਾਵੇ ਉਹਦੇ ਤੋਂ ਮੂਰਖ ਉਹਦੇ ਤੋਂ ਜ਼ਿਆਦਾ ਹੰਕਾਰ ਕਿਸੇ ਹੋਰ 'ਚ ਨਹੀਂ ਹੋ ਸਕਦਾ ਇਸ ਕਰਕੇ ਜਿਸ ਇਨਸਾਨ ਨੇ ਸਾਨੂੰ ਇੱਥੇ ਪਹੁੰਚਾਇਆ ਉਹ ਰਾਜਵਿੰਦਰ ਕੌਰ ਠਹਿਰਾ ਹੈ ਕਿਉਂਕਿ ਅਗਰ ਸਾਨੂੰ ਰਸਤਾ ਹੀ ਨਾ ਪਤਾ ਹੁੰਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਥੰਮ ਹੈ ਆਮ ਆਦਮੀ ਪਾਰਟੀ ਦੀ ਉਹ ਕਿੱਥੇ ਹੈ ਸਭ ਤੋਂ ਪਹਿਲਾਂ ਰਸਤਾ ਸਾਨੂੰ ਮਿਲਿਆ ਸੀ ਆਪਣੀ ਭੈਣ ਰਾਜਵਿੰਦਰ ਕੌਰ ਠਹਿਰਾ ਦਾ ਅਤੇ ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਇੱਥੇ ਜਿੰਨੇ ਵੀ ਕਾਰਜਕਰਤਾ ਆਏ ਆ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਅਤੇ ਖਾਸ ਕਰਕੇ ਮੰਚ 'ਤੇ ਵਿਰਾਜਮਾਨ MLA ਜਲੰਧਰ ਸੈਂਟਰ ਰਮਨ ਅਰੋੜਾ ਜੀ ਅਤੇ ਵੱਡੇ ਭਾਈ ਅਤੇ ਨਵੀਂ ਨਵੀਂ ਅੱਜ ਉਹਨਾਂ ਨੂੰ ਜੰਮੂ ਕਸ਼ਮੀਰ ਦਾ ਪ੍ਰਭਾਰੀ ਬਣਾਇਆ ਕਰਤਾਰਪੁਰ ਤੋਂ MLA ਪ੍ਰਕਾਸ਼ ਸਿੰਘ ਜੀ ਹਲਕੇ ਹਲਕਾ ਇੰਚਾਰਜ ਜਲੰਧਰ ਨੌਰਥ ਤੋਂ ਦਿਨੇਸ਼ ਧਲ ਜੀ ਮੇਰੇ ਬਹੁਤ ਸਤਿਕਾਰਯੋਗ ਹਲਕਾ ਇੰਚਾਰਜ ਫਲੋਰ ਤੋਂ ਸਾਡੇ ਪ੍ਰੋਫੈਸਰ ਪ੍ਰੇਮ ਜੀ ਉਹਨਾਂ ਦੇ ਨਾਲ ਆਦਮਪੁਰ ਤੋਂ ਹਲਕਾ ਇੰਚਾਰਜ ਭੱਟੀ ਸਾਹਿਬ ਅਤੇ ਜਲੰਧਰ ਲੋਕ ਸਭਾ ਦੇ ਇੰਚਾਰਜ ਮੇਰੇ ਵੱਡੇ ਭਾਈ ਮੰਗਲ ਸਿੰਘ ਜੀ ਜ਼ਿਲ੍ਹਾ ਜਲੰਧਰ ਦੀ ਟੀਮ ਨੂੰ ਚਲਾ ਰਹੇ ਜ਼ਿਲ੍ਹਾ ਜਲੰਧਰ ਦੀ ਟੀਮ ਨੂੰ ਨਾਲ ਲੈ ਕੇ ਚੱਲ ਰਹੇ ਮੇਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿਲ੍ਹਾ ਪ੍ਰੈਜ਼ੀਡੈਂਟ ਅਤੇ ਹੋਰ ਵੀ ਜਿੰਨੇ ਕਾਰਜਕਰਤਾ ਕੌਂਸਲਰ ਸਰਪੰਚ ਪੰਚ ਬਲੋਕ ਪ੍ਰੈਜ਼ੀਡੈਂਟ ਜਿੰਨੇ ਵੀ ਇੱਥੇ ਆਏ ਹੋ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਪ੍ਰਣਾਮ ਅਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੁਸੀਂ ਬਣੇ ਹੋ ਰਾਜਵਿੰਦਰ ਕੌਰ ਠਹਿਰਾ ਨਹੀਂ ਬਣੀ ਅੱਜ ਉਹਨਾਂ ਦੀ ਵਾਰੀ ਹੈ ਕੱਲ੍ਹ ਆਉਣ ਵਾਲੇ ਸਮੇਂ 'ਚ ਤੁਹਾਡੀ ਵਾਰੀ ਹੋਏਗੀ ਜਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਨਿਯਤ ਨਾਲ ਕੰਮ ਕਰ ਰਹੇ ਹੋ ਅੱਜ ਵਾਰੀ ਵਾਰੀ ਜੇ ਅੰਮ੍ਰਿਤਪਾਲ ਚੇਅਰਮੈਨ ਬਣ ਸਕਦਾ ਜੇ ਮੰਗਲ ਸਿੰਘ ਚੇਅਰਮੈਨ ਬਣ ਸਕਦਾ ਭੈਣ ਰਾਜਵਿੰਦਰ ਕੌਰ ਠਹਿਰਾ ਚੇਅਰਮੈਨ ਬਣ ਸਕਦੀ ਹੈ ਸ਼ੀਤਲ ਅੰਗਰਾਲ MLA ਬਣ ਸਕਦਾ ਤੁਹਾਡੇ ਵਿੱਚੋਂ ਕੋਈ ਕਾਰਜਕਰਤਾ ਹੋਰ ਇਸ ਕੁਰਸੀ 'ਤੇ ਬੈਠੇਗਾ ਮੈਂ ਸਿਕੰਦਰ ਜਕੀਨ ਦੇਣਾ ਇਹ ਜਿਹੜੀ ਪਾਰਟੀ ਹੈ ਇਹ ਪਾਰਟੀ ਉਹ ਨਹੀਂ ਹੈ ਮੀਰਾਂ ਦੀ ਪਾਰਟੀ ਨਹੀਂ ਹੈ ਪਰਿਵਾਰਵਾਦ ਨਹੀਂ ਹੈ ਕਿ ਮੇਰਾ ਦਾਦਾ MLA ਸੀ ਮਿਨਿਸਟਰ ਸੀ ਉਹਦੇ ਪੁੱਤਰ ਨੂੰ ਬਣਾਇਆ ਪੁੱਤਰ ਦੀ ਸੇਵਾ ਕੀਤੀ 30 ਸਾਲ ਅਤੇ ਕੋਈ ਪੋਤਾ ਆ ਗਿਆ ਇਹ ਆਮ ਆਦਮੀ ਪਾਰਟੀ ਉਹ ਹੈ ਕਾਰਜਕਰਤਾ ਨੂੰ ਕੁਰਸੀ ਮਿਲਦੀ ਹੈ ਕਾਰਜਕਰਤਾ ਜਿਹੜਾ ਕੰਮ ਕਰੇਗਾ ਪਾਰਟੀ ਉਹਨੂੰ ਤੀਜੀ ਅੱਖ ਨਾਲ ਦੇਖ ਰਹੀ ਹੈ ਇਹ ਨਾ ਸੋਚੇ ਜੇ ਕੋਈ ਪਾਰਟੀ ਦੀ ਲੱਤਾਂ ਵੜ ਰਿਹਾ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਉਹ ਕਦੀ ਵੀ ਕੋਈ ਪੱਕ ਨਹੀਂ ਆਏਗਾ ਭਾਵੇਂ ਮੈਂ ਹੋਵਾਂ ਭਾਵੇਂ ਕੋਈ ਹੋਰ ਹੋਵੇ ਉਸ ਬੰਦੇ ਦਾ ਜ਼ਿਆਦਾ ਸਮੇਂ ਪਾਰਟੀ ਦੇ ਵਿੱਚ ਨਹੀਂ ਹੋਏਗਾ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਮੈਂ ਵਧਾਈ ਦੇਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਉੱਥੇ ਮੈਂ ਗੱਲ ਕਹਿਣਾ ਵੀ ਚਾਹੁੰਦਾ ਕਿੱਡੇ ਵੱਡੇ ਹਜੂਮ ਦੇ ਨਾਲ ਅਸੀਂ ਸਾਰੇ ਬੈਠੇ ਹਾਂ ਐਡਾ ਹਜੂਮ ਕਿਸੇ ਵੀ ਪਾਰਟੀ ਦੇ ਵਿੱਚ ਅੱਜ ਦੀ ਡੇਟ 'ਚ ਨਹੀਂ ਹੈ ਸਾਰੀ ਪਾਰਟੀਆਂ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਸਿਰ ਪੀਪੇ ਗੜਕਾ ਰਹੀਆਂ ਖਾਲੀ ਤੁਹਾਡੇ ਕੋਲ ਤਾਕਤ ਸਰਕਾਰ ਦੀ ਤੁਹਾਡੇ ਕੋਲ ਤਾਕਤ MLA ਤੁਹਾਡੇ ਕੋਲ ਤਾਕਤ ਤੁਹਾਡੇ ਚੇਅਰਮੈਨ ਤੁਹਾਡੇ ਕੋਲ ਤਾਕਤ ਤੁਹਾਡੇ ਸੰਗਠਨ ਦੀ ਸਾਡੇ ਉੱਤੇ ਜ਼ੋਰ ਨਹੀਂ ਹੈ ਕਿਸੇ ਦਾ ਜੇ ਆਪਾਂ ਇਕੱਠੇ ਰਹੀਏ ਜੇ ਆਪਾਂ ਇੱਕ ਦੂਜੇ ਦੀ ਖਿੱਚਣ ਦੀ ਕੋਸ਼ਿਸ਼ ਕਰਨੀ ਹੈ ਅਸੀਂ ਆਉਣ ਵਾਲੇ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਜਿੱਤ ਪਾਵਾਂਗੇ ਜੇ ਇਲੈਕਸ਼ਨ ਜਿੱਤਣਾ ਜਲੰਧਰ ਦਾ ਮੇਅਰ ਬਣਾਉਣਾ ਜਲੰਧਰ 83 ਦੀ 80 ਸੀਟਾਂ ਜਿੱਤਣੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਆਪਣੇ ਪ੍ਰਧਾਨ ਦੀ ਅਗਵਾਈ ਥੱਲੇ ਆਪਣੇ ਸੰਗਠਨ ਦੀ ਅਗਵਾਈ ਥੱਲੇ ਕੰਮ ਕਰਨਾ ਪਏਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਹੋਰ ਲਾਪੀਆਂ ਲੱਗਣੀਆਂ ਹਜੇ ਹੋਰ ਡੱਬੇ ਵੰਡਣੇ ਖੁਸ਼ੀਆਂ ਦੇ ਉਹ ਪਤਾ ਨਹੀਂ ਕਿਹਦੇ ਕਿਹਦੇ ਚਿਹਰੇ ਉੱਤੇ ਜਿਹੜੀ ਕਿਸਮਤ ਲਿਖੀ ਹੈ ਕਿ ਕਿਹਦੀ ਕਿਹਦੀ ਉਹ ਲਾਟਰੀ ਲੱਗਣੀ ਹੈ ਇਹ ਨਾ ਸੋਚੋ ਕਿ ਅੱਜ ਰਾਜਵਿੰਦਰ ਕੌਰ ਠਹਿਰਾ ਨੂੰ ਪੰਜਾਬ ਦੀ ਸਭ ਤੋਂ ਅਹਿਮ ਚੇਅਰਮੈਨ ਨਹੀਂ ਮਿਲੀ ਹੈ ਅੱਗਿਓਂ ਕਿਸੇ ਨੂੰ ਨਹੀਂ ਮਿਲੀ ਮਾਨ ਦੀ ਗੱਲ ਹੈ ਕਿ ਸਾਡੀ ਭੈਣ ਰਾਜਵਿੰਦਰ ਕੌਰ ਜੀ ਨੂੰ ਚੇਅਰਮੈਨ ਦੇ ਕੇ ਜੋ ਨਵਾਜ਼ਿਆ ਗਿਆ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਮਾਨ ਸਾਹਿਬ ਜਲੰਧਰ ਨਾਲ ਕਿੰਨਾ ਪਿਆਰ ਕਰਦੇ ਆ ਸਾਡੀ ਭੈਣ ਨੇ
ਉਦੋਂ ਆਮ ਆਦਮੀ ਪਾਰਟੀ ਦੀ ਬਾਹ ਫੜੀ ਜਦੋਂ ਆਮ ਆਦਮੀ ਪਾਰਟੀ ਨੂੰ ਜਲੰਧਰ ਦੇ ਵਿੱਚ ਟਾਵੇਂ ਟਾਵੇਂ ਲੋਕ ਜਾਣਦੇ ਸੀ ਇਹਨਾਂ ਨੇ ਹੌਲੇ ਹੌਲੇ ਕਰਕੇ ਇੱਕ ਗੁਲਦਸਤਾ ਫੁੱਲਾਂ ਦੇ ਨਾਲ ਇਕੱਠਾ ਕਰ ਕਰਕੇ ਇੱਕ ਵੱਡਾ ਗੁਲਦਸਤਾ ਤਿਆਰ ਕੀਤਾ ਜਿਹੜਾ ਅਸੀਂ ਅੱਜ ਦੇਖ ਰਹੇ ਹਾਂ आम आदमी पार्टी ने बीच जो मान सम्मान एक वर्कर का है वो किसे और दूसरी पार्टी ने बीच तानों देखने नजर नहीं आएगा उधर जिंदा सबूत साढे पंजी राजविंदर कौर जी साढे प्रधान जी अमृतपाल जी साहब मंगल सिंह जी और साढे वर्गे दुकाना दे काम अपनी दुकाना खोल के बैठे हुए जिन्हें असी तुसी एमएलए बनाता इस तो वड्डा उदाहरण होर कोई नहीं मिल सकता अज मैं मान साहब का धन्यवाद करदा जिन्हें ने शीतल जी ने जिता के साड़ी बब्बर शेरनी नू चेयरमैनी का अहुदा दे के नवाजिया मैं अपने वालों और अपने जलंधर सेंटर हल्के वालों इन्हों बहुत बहुत मुबारक देना।